ਅੱਜ ਮੋਟਰਸਾਈਕਲ ਰੈਲੀ ਰੱਖੀ ਗਈ ਨਾਭਾ ਦੇ ਵਿੱਚ ਜੀ। ਨਾਭਾ ਸ਼ਹਿਰ ਦੇ ਜਿਹੜੇ ਮੁੱਖ ਬਾਜ਼ਾਰ ਨੇ ਸਾਰੇ ਕਵਰ ਕੀਤੇ ਜਾਣਗੇ। ਪਟਿਆਲਾ ਗੇਟ ਤੋਂ ਰੈਲੀ ਆਰੰਭ ਹੋ ਕੇ ਭਿੱਖੀ ਮੋੜ, ਦੇਵੀ ਦਲਾ ਚੌਂਕ, ਬੌੜਾਂ ਗੇਟ, ਵਿਸ਼ਕਰਮਾ ਚੌਂਕ, ਮੈਸ ਗੇਟ, ਇਹ ਸਾਰਾ ਏਰੀਆ ਜਿਹੜਾ ਅਸੀਂ ਕਵਰ ਕਰਾਂਗੇ ਜੀ। ਔਰ ਅੱਜ ਗਰਮੀ ਬਹੁਤ ਹੈ, 46 ਡਿਗਰੀ ਦਾ ਟੈਂਪਰੇਚਰ ਹੈ, ਪਰ ਉਹਦੇ ਬਾਵਜੂਦ ਵੀ ਤੁਸੀਂ ਦੇਖ ਲਓ ਵਲੰਟੀਅਰ ਸਾਹਿਬਾਨ ਕਈ ਸੌ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਲੈ ਕੇ ਆਏ ਨੇ, ਝੰਡੇ ਫੜੇ ਨੇ, ਹੱਥਾਂ 'ਚ ਨਾਰੇ ਲਾ ਰਹੇ ਨੇ। ਔਰ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ, ਮੌਜੂਦਾ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਇਹ ਚੋਣ ਪ੍ਰਚਾਰ ਕਰ ਰਹੀ। ਮੁਕਾਬਲਾ ਕਿਹਦੇ ਨਾਲ ਮੰਨ ਲਿਆ? ਮੁਕਾਬਲਾ ਤਾਂ ਕਿਸੇ ਨਾਲ ਨਹੀਂ ਜੀ, ਕਿਉਂ ਫੜੇ ਉਹ ਚੱਕਰ ਮੈਂ ਕੋਈ ਨਹੀਂ, ਆਮ ਪਾਰਟੀ ਕੀ ਟੱਕਰ ਮੈਂ, ਮੁਕਾਬਲਾ ਤਾਂ ਕਿਸੇ ਨਾਲ ਨਹੀਂ ਜੀ। ਉਹ ਨਿਕਲਦੇ ਨਹੀਂ ਗਰਮੀ 'ਚ ਜੀ, ਮੈਨੂੰ ਦੱਸੋ ਕਿਹੜਾ ਜੀ ਅੱਜ ਹੈ ਕੋਈ ਅਕਾਲੀ ਕਾਂਗਰਸ ਬੀਜੇਪੀ ਨਜ਼ਰ ਆਉਂਦੀ ਕਿਤੇ ਜੀ? ਆਮ ਆਦਮੀ ਪਾਰਟੀ ਵਾਲੇ ਬੜਕਾ ਮਾਰਦੇ ਫਿਰਦੇ ਸੜਕਾਂ 'ਤੇ, ਉਹ ਕਾਹਨੂੰ ਨਿਕਲਦੇ ਗਰਮੀ 'ਚ? ਤਾਂ ਏਸੀ ਵਾਲੇ ਨੇ ਜੀ ਸਾਡੇ, ਜਿਹੜੇ ਔਰਗੈਨਿਕ ਵਲੰਟੀਅਰ ਨੇ, ਬਿਲਕੁਲ ਜ਼ਮੀਨੀ ਲੈਵਲ ਦੇ ਵਲੰਟੀਅਰ ਨੇ, ਜਿਹੜੇ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ, ਸਾਰੇ ਕਿਤੇ ਜ਼ਮੀਨੀ ਲੈਵਲ 'ਤੇ ਕੰਮ ਕਰ ਰਹੇ। ਡਾਕਟਰ ਧਰਮਵੀਰ ਬੜਾ ਦਾਅਵਾ ਕਰ ਰਹੇ ਨੇ ਜਿੱਤ ਪੱਕੀ ਹੈ। ਦਾਅਵਾ ਤਾਂ ਸਾਰੇ ਕਰਦੇ ਆ ਜੀ, ਦਾਅਵਾ ਤਾਂ ਪਿਛਲੀ ਵਾਰ ਵੀ ਕਰਦੇ, 2019 'ਚ ਲੜੇ ਸੀ ਉਦੋਂ ਵੀ ਹਾਰ ਗਏ ਸੀਗੇ, ਸੋ ਦਾਅਵਾ ਤਾਂ ਹਰੇਕ ਹੀ ਕਰਦਾ ਜੀ। ਪਰ ਮੌਜੂਦਾ ਸਰਕਾਰ ਆ, ਸਰਕਾਰ ਦੇ 3 ਸਾਲ ਵੱਜੇ ਪਏ ਆ, ਪੰਜਾਬ ਦੇ ਲੋਕ ਸਭਾ ਪਟਿਆਲਾ ਦੇ ਲੋਕ ਸਿਆਣੇ ਆ, ਉਹਨਾਂ ਨੂੰ ਪਤਾ ਵੀ ਤਾਂ 1 ਜੂਨ ਤੱਕ ਹੀ ਨਜ਼ਰ ਆਉਣੇ ਆ, ਬਾਅਦ 3 ਸਾਲ ਤਾਂ ਆਮ ਆਦਮੀ ਪਾਰਟੀ ਨੇ ਕੰਮ ਆਉਣਾ ਜੀ। ਤਾਂ ਪਿੰਡਾਂ ਦੀ ਡਿਵੈਲਪਮੈਂਟ ਲਾ ਲਓ, ਸ਼ਹਿਰ ਦੀ ਡਿਵੈਲਪਮੈਂਟ ਲਾ ਲਓ, ਸਾਰੀ ਸਰਕਾਰ ਨੇ ਕਰਨੀ ਹੈ, ਪੰਜਾਬ ਸਰਕਾਰ ਨੇ ਕਰਨੀ ਹੈ, ਸੋ ਇਸ ਕਰਕੇ ਲੋਕ ਸਿਆਣੇ ਆ ਔਰ ਉਹਨਾਂ ਦਾ ਰੁਝਾਨ ਜਿਹੜਾ ਆਮ ਆਦਮੀ ਪਾਰਟੀ ਵੱਲ ਲਗਾਤਾਰ ਵੱਧ ਰਿਹਾ। ਹਰਨੀਤ ਕੌਰ ਨੂੰ ਕਿਸ ਤਰ੍ਹਾਂ ਦੇ ਕਾਂਗਰਸ ਛੱਡ ਕੇ ਪਹਿਲੀ ਵਾਰੀ ਬੀਜੇਪੀ 'ਚ ਚੋਣ ਲੜ? ਦੇਖੋ, ਕਿਸਾਨ ਜਿਹੜੇ ਆ ਨਾ ਜੀ, ਅੰਨਦਾਤਾ, ਕਿਸਾਨ ਦੇ ਨਾਲ ਤੁਸੀਂ ਅਗਰ ਬਦਤਮੀਜ਼ੀ ਕਰੋਗੇ, ਉਹਨਾਂ ਨਾਲ ਧੱਕਾ ਕਰੋਗੇ, ਉਹਨਾਂ ਨਾਲ ਅੱਤਿਆਚਾਰ ਕਰੋਗੇ, ਤੁਸੀਂ ਦਿੱਲੀ 'ਚ ਨਹੀਂ ਜਾਣ ਦਿਓਗੇ, ਤਾਂ ਇਹ ਤਾਂ ਮਾੜੀ ਗੱਲ ਹੈ ਨਾ ਜੀ। ਕਿਸਾਨ ਅੰਨਦਾਤਾ ਜੀ, ਅਗਰ ਕਿਸਾਨ ਦਾ ਸਤਿਕਾਰ ਨਹੀਂ ਤੁਸੀਂ ਕਰਦੇ ਤਾਂ ਫਿਰ ਤੁਸੀਂ ਕਿਹਦਾ ਸਤਿਕਾਰ ਕਰੋਗੇ? ਤਾਂ ਬੀਜੇਪੀ ਤਾਂ ਮਨਫੀ ਹੈ ਜੀ, ਪਿੰਡਾਂ ਦੇ ਵਿੱਚ ਤਾਂ ਕੀ, ਸ਼ਹਿਰਾਂ ਦੇ ਵਿੱਚ ਵੀ ਬੂਥ ਜਿਹੜੇ ਲੱਗਣੇ ਪੋਸੀਬਲ ਨਹੀਂ? ਨਹੀਂ ਨਹੀਂ, ਖਹਿਰਾ ਸਾਹਿਬ ਕਿਤੇ ਕੋਈ ਇਲੈਕਸ਼ਨ ਕਮਿਸ਼ਨ ਥੋੜ੍ਹਾ ਲੱਗੇ ਨੇ ਜੀ। ਹਰ ਇੱਕ ਨੂੰ ਹੱਕ ਆ, ਜਿਹੜੀ ਮਰਜ਼ੀ ਪਾਰਟੀ ਹੋਵੇ, ਲੀਡਰ ਸਾਰਿਆਂ ਦੇ ਆਉਂਦੇ ਨੇ ਜੀ, ਚਾਹੇ ਬੀਜੇਪੀ ਹੈ, ਕਾਂਗਰਸ ਹੈ, ਅਕਾਲੀ ਦਲ, ਆਮ ਆਦਮੀ ਪਾਰਟੀ ਹੈ, ਸਭ ਦੇ ਲੀਡਰ ਆਉਂਦੇ ਨੇ ਜੀ ਪ੍ਰਚਾਰ ਕਰਨ। ਪੂਰੇ ਇੰਡੀਆ ਦੇ ਵਿੱਚੋਂ ਜਿਹੜੇ ਮੇਨ ਲੀਡਰ ਨੇ ਆਉਣਾ ਵੀ ਚਾਹੀਦਾ ਜੀ, ਉਹਦੇ 'ਚ ਤਾਂ ਕੋਈ ਪ੍ਰੋਬਲਮ ਨਹੀਂ ਜੀ, ਆਪਣੀ ਗੱਲ ਰੱਖਣੀ ਚਾਹੀਦੀ ਹੈ, ਬਾਕੀ ਲੋਕਤੰਤਰ ਦੇ ਲੋਕ ਵੱਡੇ ਹੁੰਦੇ, ਲੋਕਾਂ ਨੇ ਫੈਸਲਾ ਕਰਨਾ। ਅੱਜ ਮੋਟਰਸਾਈਕਲ ਰੈਲੀ ਰੱਖੀ ਗਈ ਨਾਭਾ ਦੇ ਵਿੱਚ ਜੀ। ਨਾਭਾ ਸ਼ਹਿਰ ਦੇ ਜਿਹੜੇ ਮੁੱਖ ਬਾਜ਼ਾਰ ਨੇ ਸਾਰੇ ਕਵਰ ਕੀਤੇ ਜਾਣਗੇ। ਪਟਿਆਲਾ ਗੇਟ ਤੋਂ ਰੈਲੀ ਆਰੰਭ ਹੋ ਕੇ ਭਿੱਖੀ ਮੋੜ, ਦੇਵੀ ਦਲਾ ਚੌਂਕ, ਬੌੜਾਂ ਗੇਟ, ਵਿਸ਼ਕਰਮਾ ਚੌਂਕ, ਮੈਸ ਗੇਟ, ਇਹ ਸਾਰਾ ਏਰੀਆ ਜਿਹੜਾ ਅਸੀਂ ਕਵਰ ਕਰਾਂਗੇ ਜੀ। ਔਰ ਅੱਜ ਗਰਮੀ ਬਹੁਤ ਹੈ, 46 ਡਿਗਰੀ ਦਾ ਟੈਂਪਰੇਚਰ ਹੈ, ਪਰ ਉਹਦੇ ਬਾਵਜੂਦ ਵੀ ਤੁਸੀਂ ਦੇਖ ਲਓ ਵਲੰਟੀਅਰ ਸਾਹਿਬਾਨ ਕਈ ਸੌ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਲੈ ਕੇ ਆਏ ਨੇ, ਝੰਡੇ ਫੜੇ ਨੇ, ਹੱਥਾਂ 'ਚ ਨਾਰੇ ਲਾ ਰਹੇ ਨੇ। ਔਰ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ, ਮੌਜੂਦਾ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਇਹ ਚੋਣ ਪ੍ਰਚਾਰ ਕਰ ਰਹੀ। ਮੁਕਾਬਲਾ ਕਿਹਦੇ ਨਾਲ ਮੰਨ ਲਿਆ? ਮੁਕਾਬਲਾ ਤਾਂ ਕਿਸੇ ਨਾਲ ਨਹੀਂ ਜੀ, ਕਿਉਂ ਫੜੇ ਉਹ ਚੱਕਰ ਮੈਂ ਕੋਈ ਨਹੀਂ, ਆਮ ਪਾਰਟੀ ਕੀ ਟੱਕਰ ਮੈਂ, ਮੁਕਾਬਲਾ ਤਾਂ ਕਿਸੇ ਨਾਲ ਨਹੀਂ ਜੀ। ਉਹ ਨਿਕਲਦੇ ਨਹੀਂ ਗਰਮੀ 'ਚ ਜੀ, ਮੈਨੂੰ ਦੱਸੋ ਕਿਹੜਾ ਜੀ ਅੱਜ ਹੈ ਕੋਈ ਅਕਾਲੀ ਕਾਂਗਰਸ ਬੀਜੇਪੀ ਨਜ਼ਰ ਆਉਂਦੀ ਕਿਤੇ ਜੀ? ਆਮ ਆਦਮੀ ਪਾਰਟੀ ਵਾਲੇ ਬੜਕਾ ਮਾਰਦੇ ਫਿਰਦੇ ਸੜਕਾਂ 'ਤੇ, ਉਹ ਕਾਹਨੂੰ ਨਿਕਲਦੇ ਗਰਮੀ 'ਚ? ਤਾਂ ਏਸੀ ਵਾਲੇ ਨੇ ਜੀ ਸਾਡੇ, ਜਿਹੜੇ ਔਰਗੈਨਿਕ ਵਲੰਟੀਅਰ ਨੇ, ਬਿਲਕੁਲ ਜ਼ਮੀਨੀ ਲੈਵਲ ਦੇ ਵਲੰਟੀਅਰ ਨੇ, ਜਿਹੜੇ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ, ਸਾਰੇ ਕਿਤੇ ਜ਼ਮੀਨੀ ਲੈਵਲ 'ਤੇ ਕੰਮ ਕਰ ਰਹੇ। ਡਾਕਟਰ ਧਰਮਵੀਰ ਬੜਾ ਦਾਅਵਾ ਕਰ ਰਹੇ ਨੇ ਜਿੱਤ ਪੱਕੀ ਹੈ। ਦਾਅਵਾ ਤਾਂ ਸਾਰੇ ਕਰਦੇ ਆ ਜੀ, ਦਾਅਵਾ ਤਾਂ ਪਿਛਲੀ ਵਾਰ ਵੀ ਕਰਦੇ, 2019 'ਚ ਲੜੇ ਸੀ ਉਦੋਂ ਵੀ ਹਾਰ ਗਏ ਸੀਗੇ, ਸੋ ਦਾਅਵਾ ਤਾਂ ਹਰੇਕ ਹੀ ਕਰਦਾ ਜੀ। ਪਰ ਮੌਜੂਦਾ ਸਰਕਾਰ ਆ, ਸਰਕਾਰ ਦੇ 3 ਸਾਲ ਵੱਜੇ ਪਏ ਆ, ਪੰਜਾਬ ਦੇ ਲੋਕ ਸਭਾ ਪਟਿਆਲਾ ਦੇ ਲੋਕ ਸਿਆਣੇ ਆ, ਉਹਨਾਂ ਨੂੰ ਪਤਾ ਵੀ ਤਾਂ 1 ਜੂਨ ਤੱਕ ਹੀ ਨਜ਼ਰ ਆਉਣੇ ਆ, ਬਾਅਦ 3 ਸਾਲ ਤਾਂ ਆਮ ਆਦਮੀ ਪਾਰਟੀ ਨੇ ਕੰਮ ਆਉਣਾ ਜੀ। ਤਾਂ ਪਿੰਡਾਂ ਦੀ ਡਿਵੈਲਪਮੈਂਟ ਲਾ ਲਓ, ਸ਼ਹਿਰ ਦੀ ਡਿਵੈਲਪਮੈਂਟ ਲਾ ਲਓ, ਸਾਰੀ ਸਰਕਾਰ ਨੇ ਕਰਨੀ ਹੈ, ਪੰਜਾਬ ਸਰਕਾਰ ਨੇ ਕਰਨੀ ਹੈ, ਸੋ ਇਸ ਕਰਕੇ ਲੋਕ ਸਿਆਣੇ ਆ ਔਰ ਉਹਨਾਂ ਦਾ ਰੁਝਾਨ ਜਿਹੜਾ ਆਮ ਆਦਮੀ ਪਾਰਟੀ ਵੱਲ ਲਗਾਤਾਰ ਵੱਧ ਰਿਹਾ। ਹਰਨੀਤ ਕੌਰ ਨੂੰ ਕਿਸ ਤਰ੍ਹਾਂ ਦੇ ਕਾਂਗਰਸ ਛੱਡ ਕੇ ਪਹਿਲੀ ਵਾਰੀ ਬੀਜੇਪੀ 'ਚ ਚੋਣ ਲੜ? ਦੇਖੋ, ਕਿਸਾਨ ਜਿਹੜੇ ਆ ਨਾ ਜੀ, ਅੰਨਦਾਤਾ, ਕਿਸਾਨ ਦੇ ਨਾਲ ਤੁਸੀਂ ਅਗਰ ਬਦਤਮੀਜ਼ੀ ਕਰੋਗੇ, ਉਹਨਾਂ ਨਾਲ ਧੱਕਾ ਕਰੋਗੇ, ਉਹਨਾਂ ਨਾਲ ਅੱਤਿਆਚਾਰ ਕਰੋਗੇ, ਤੁਸੀਂ ਦਿੱਲੀ 'ਚ ਨਹੀਂ ਜਾਣ ਦਿਓਗੇ, ਤਾਂ ਇਹ ਤਾਂ ਮਾੜੀ ਗੱਲ ਹੈ ਨਾ ਜੀ। ਕਿਸਾਨ ਅੰਨਦਾਤਾ ਜੀ, ਅਗਰ ਕਿਸਾਨ ਦਾ ਸਤਿਕਾਰ ਨਹੀਂ ਤੁਸੀਂ ਕਰਦੇ ਤਾਂ ਫਿਰ ਤੁਸੀਂ ਕਿਹਦਾ ਸਤਿਕਾਰ ਕਰੋਗੇ? ਤਾਂ ਬੀਜੇਪੀ ਤਾਂ ਮਨਫੀ ਹੈ ਜੀ, ਪਿੰਡਾਂ ਦੇ ਵਿੱਚ ਤਾਂ ਕੀ, ਸ਼ਹਿਰਾਂ ਦੇ ਵਿੱਚ ਵੀ ਬੂਥ ਜਿਹੜੇ ਲੱਗਣੇ ਪੋਸੀਬਲ ਨਹੀਂ? ਨਹੀਂ ਨਹੀਂ, ਖਹਿਰਾ ਸਾਹਿਬ ਕਿਤੇ ਕੋਈ ਇਲੈਕਸ਼ਨ ਕਮਿਸ਼ਨ ਥੋੜ੍ਹਾ ਲੱਗੇ ਨੇ ਜੀ। ਹਰ ਇੱਕ ਨੂੰ ਹੱਕ ਆ, ਜਿਹੜੀ ਮਰਜ਼ੀ ਪਾਰਟੀ ਹੋਵੇ, ਲੀਡਰ ਸਾਰਿਆਂ ਦੇ ਆਉਂਦੇ ਨੇ ਜੀ,
ਚਾਹੇ ਬੀਜੇਪੀ ਹੈ, ਕਾਂਗਰਸ ਹੈ, ਅਕਾਲੀ ਦਲ, ਆਮ ਆਦਮੀ ਪਾਰਟੀ ਹੈ, ਸਭ ਦੇ ਲੀਡਰ ਆਉਂਦੇ ਨੇ ਜੀ ਪ੍ਰਚਾਰ ਕਰਨ ਪੂਰੇ ਇੰਡੀਆ ਦੇ ਵਿੱਚੋਂ ਜਿਹੜੇ ਜਿਹੜੇ ਮੇਨ ਲੀਡਰ ਨੇ, ਆਉਣਾ ਵੀ ਚਾਹੀਦਾ ਜੀ, ਉਹਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਜੀ, ਆਪਣੀ ਗੱਲ ਰੱਖਣੀ ਚਾਹੀਦੀ ਹੈ, ਬਾਕੀ ਲੋਕਤੰਤਰ ਲੋਕ ਵੱਡੇ ਹੁੰਦੇ, ਲੋਕਾਂ ਨੇ ਫੈਸਲਾ ਕਰਨਾ ਜੀ।